पवन पवन इत खड़ जा यार अंदर की है। बस 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 काके अंदर ना जाए। बीबीआई सर अलग क्वार्टर्स है सर उस साइड पे उन्होंने विचों एक क्वार्टर बीबीआई नो अलॉट होया। अच्छा ये बिल्डिंग ये सर पुरानी बिल्डिंग थी सर हुन एदे विच सर पुराने मोटरसाइकिल दा ओथो जा समान गैर दे मालकां ने यूज करने सर और बाकी कंडीशन मतलब ये मतलब कंडम है। हां जी कंडम है एदे नाल सर आपा न्यू प्रपोजल सीगा सर टॉयलेट बनवा रहे हैं सर ओ सर हाफ वर्किंग हो गई है बिल्डिंग वीक दोबारा चालू हो जाएगी। अच्छा ओ जो पासे बंदा है जी सर देखो तो पता होना है कि मैं 2 महीना पहले ADGP रेलवे लगाया गया है तो जिन्हें भी रेलवे के पुलिस स्टेशन है साडा रेलवे का सैटअप है उत्थे सारे पासे मैं जाना है उन्हां दी चेकिंग करनी है विजिट करना है उन्हां दा कामकाज देखना है कि किस तरह का कामकाज चल रहा है। उसी लड़ी दे विच मैं आज इत्थे आई हुई हाँ और ये जड़ा मेरा विजिट है ये एक रूटीन का विजिट है इहदा बहुत ज़्यादा कोई खास मकसद नहीं है कि इस काम वास्ते मैं आई हाँ लेकिन इत्थों दा कामकाज इत्थे जो कुछ भी चल रहा है अपने SHO साहब है DSP साहब है बाकी फोर्स है ਉਹਨਾਂ ਤੋਂ ਰੂਬਰੂ ਹੋਣ ਵਾਸਤੇ ਮੈਂ ਇੱਥੇ ਆਈ ਹੋਈ ਹਾਂ। ਇਸ ਤੋਂ ਪਹਿਲਾਂ ਕਿੱਥੇ ਤੁਸੀਂ ਕਿਤੇ ਰਾਜ ਕਿਤੇ ਕੋਈ ਚੈਕਿੰਗ ਕਰਕੇ ਆਏ ਹੋ? ਨਹੀਂ ਰਾਜ ਤੋਂ ਇੱਕ ਨਹੀਂ ਰਾਜ ਮੈਂ ਚੈਕਿੰਗ ਕਰਕੇ ਨਹੀਂ ਆਇਆ ਮੈਂ ਡਾਇਰੈਕਟ ਇੱਥੇ ਹੋਈ ਹਾਂ। ਇਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਮੈਡਮ ਕੀ ਲੱਗਦਾ ਤੁਹਾਨੂੰ ਕਿੰਨੀਆਂ ਕੁ ਸਮੱਸਿਆਵਾਂ ਇਹਨਾਂ ਦੀਆਂ ਜਿਹੜੀਆਂ ਖਾਸ ਕਰਕੇ ਫੋਰਸ ਦੇ? ਜਿਹੜਾ ਮੈਨੇ ਹੁਣ ਬਰੀਫਿੰਗ ਲਿਆ ਹੈ ਉਹਦੇ 'ਚੋਂ ਮੈਨੂੰ ਇੱਕ ਮੇਨ ਸਮੱਸਿਆ ਲੱਗਦੀ ਹੈ ਜਿਹੜੇ ਕਿ ਫੋਰਸ ਦੀ ਹੈ ਫੋਰਸ ਨਾਲ ਰਿਲੇਟਡ ਹੈ ਇੱਥੇ ਫੋਰਸ ਦੀ ਘਾਟ ਹੈਗੀ ਹੈ ਜਿਸ ਕਰਕੇ ਇਹਨਾਂ ਨੂੰ ਡਿਊਟੀ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਅਤੇ ਉਹਦੇ ਬਾਰੇ ਮੈਂ ਗੱਲ ਕਰਾਂਗੀ DGP ਸਾਹਿਬ ਨਾਲ ਜਾਂ ਜਿਹੜੇ ਵੀ ਕੰਸਰਨ ਅਫਸਰ ਹੈ ਕਿ ਇੱਥੇ ਹੋਰ ਫੋਰਸ ਕਿਵੇਂ ਪੋਸਟ ਕਰ ਸਕਦੇ ਹਨ। ਮੈਡਮ GRP ਥਾਣੇ 'ਤੇ ਕਿਤੇ ਵੀ ਆਪਦਾ ਥਾਣਾ ਨਹੀਂ ਹੈ ਮਤਲਬ ਰੇਲਵੇ ਦੀਆਂ ਜਗ੍ਹਾਵਾਂ ਜਿਹੜੀਆਂ ਬਹੁਤ ਪੁਰਾਣੀਆਂ ਔਰ ਖੰਡਰ ਬਣ ਚੁੱਕੇ ਨੇ ਔਰ ਇਹਨਾਂ ਬਾਰੇ ਵੀ ਜਿਹੜੀ ਹੈ ਸਰਕਾਰ ਨਾਲ ਗੱਲ ਕੀਤੀ ਜਾਵੇਗੀ? ਇਹਦੇ ਬਾਰੇ ਸਰਕਾਰ ਨਾਲ ਨਹੀਂ ਰੇਲਵੇ ਨਾਲ ਗੱਲ ਕੀਤੀ ਜਾਂਦੀ ਹੈ ਕਿਉਂਕਿ ਰੇਲਵੇ ਪੁਲਿਸ ਜਿਹੜੀ ਹੈ ਉਹ ਰੇਲਵੇ ਮੰਤਰਾਲੇ ਦੇ ਨਾਲ ਕਹਿ ਸਕਦੇ ਹੋ ਜਿਵੇਂ RPF ਹੈ ਤਾਂ ਸਾਡਾ ਵੀ ਉਹਨਾਂ ਦੇ ਨਾਲ ਹੀ ਹੁੰਦਾ ਹੈ ਸਾਰਾ ਕੁਝ ਤਾਂ ਜਿਹੜੀ ਰੇਲਵੇ ਦੀ ਜ਼ਮੀਨ ਹੈ ਰੇਲਵੇ ਦੀ ਬਿਲਡਿੰਗ ਹੈ ਇਹਨਾਂ ਨੂੰ ਮੇਨਟੇਨ ਕਰਨਾ ਇਹਨਾਂ ਨੂੰ ਰਿਪੇਅਰ ਕਰਨਾ ਸਾਰਾ ਉਹਨਾਂ ਦਾ ਹੀ ਕੰਮ ਹੈ ਤਾਂ ਜੇਕਰ ਕੁਝ ਵੀ ਕਮੀ ਹੈ ਬੇਸੀ ਹੈ ਉਹਦੇ ਵਾਸਤੇ ਉਹਨਾਂ ਨਾਲ ਹੀ ਤਾਲਮੇਲ ਕੀਤਾ ਜਾਂਦਾ ਹੈ ਔਰ ਉਹੀ ਠੀਕ ਕਰਕੇ ਦਿੰਦੇ ਨੇ। ਇੱਥੇ ਮੈਡਮ ਰੈਕ ਲੱਗਦੇ ਨੇ ਬਹੁਤ ਵੱਡੇ ਵੱਡੇ ਜਿਹੜੇ ਨੇ ਖਾਸ ਕਰਕੇ ਸੀਮੈਂਟ ਦੇ ਜਾਂ ਕਣਕ ਦੇ ਤਾਂ ਇੱਥੇ ਦੁਨੀਆ ਭਰ ਦਾ ਰੇਤਾ ਜਿਹੜਾ ਉਹ ਥਾਣੇ ਦੇ ਵਿੱਚ ਆਉਂਦਾ ਹੈ ਔਰ ਇਹਨਾਂ ਨੇ ਭਾਵਾਂ ਤੁਹਾਨੂੰ ਨਹੀਂ ਕਿਹਾ ਹੈਗਾ ਜੀ ਲੇਕਿਨ ਇਹ ਪਰੇਸ਼ਾਨੀ ਬਹੁਤ ਵੱਡੀ ਹੈ ਔਰ ਪੁਰਾਣੀ ਹੈ ਕੀ ਇਹ ਹੱਲ ਹੋਊ? ਹੁਣ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਰੇਤਾ ਬਹੁਤ ਜ਼ਿਆਦਾ ਆਉਂਦੀਆਂ ਨੇ ਜਿਹੜੀ ਉੜ ਉੜ ਕੇ ਇੱਥੇ ਆਉਂਦੀ ਹੈ ਅਤੇ ਉਹਦੇ ਕਰਕੇ ਪ੍ਰੋਬਲਮ ਹੁੰਦੀ ਹੈ ਅਤੇ ਹੁਣ ਇਹਦਾ ਤਾਂ ਹੱਲ ਤੁਸੀਂ ਦੱਸ ਦਿਓ ਕੀ ਕਰਨਾ ਚਾਹੀਦਾ ਹੈ ਮੈਂ ਉਹ ਕਰਵਾ ਦੇਣੀ ਆ। ਮਤਲਬ ਥਾਣਾ ਦੇਖੋ ਜੀ ਬਿਲਕੁਲ ਨਾਲ ਹੈ ਨਾ ਕਿਉਂਕਿ ਰੈਕ ਲੱਗਦੇ ਨੇ ਵੱਡੇ ਰੈਕ ਲੱਗਦੇ ਨੇ ਇੱਥੇ ਜਿਸ ਕਰਕੇ ਵੱਡੀ ਸਮੱਸਿਆ ਮੇਜਰ ਨਹੀਂ ਦੇਖੋ ਥਾਣੇ ਦੀ ਬਿਲਡਿੰਗ ਤੋਂ ਜਿੱਥੇ ਹੈ ਉੱਥੇ ਹੀ ਰਹੇਗੀ ਉਹ ਚੱਕੀ ਨਹੀਂ ਜਾ ਸਕਦੀ ਹੈ ਠੀਕ ਹੈ ਨਾ ਬਾਕੀ ਜੇਕਰ ਵੱਡੇ ਵੱਡੇ ਇੱਥੇ ਟ੍ਰੇਨ ਜਾਂ ਟਰੈਕ ਜੋ ਵੀ ਆਉਂਦੇ ਨੇ ਉਹਦੇ 'ਚ ਕਿਹੜਾ ਮਾਲ ਭਰ ਕੇ ਆ ਰਿਹਾ ਹੈ ਉਹਦੇ 'ਚ ਤਾਂ ਰੇਲਵੇ ਪੁਲਿਸ ਦਾ ਤਾਂ ਕੋਈ ਜੋੜ ਨਹੀਂ ਹੈ ਨਾ ਉਹ ਤਾਂ ਆਉਣਾ ਹੀ ਆਉਣਾ ਹੈ। ਨਹੀਂ ਕੋਈ ਸ਼ੈੱਡ ਵਗੈਰਾ ਕੋਈ ਉਪਲਬਧੀ ਕੋਈ ਕਰਵਾ ਸਕਦੇ ਆ? ਸ਼ੈੱਡ ਕਾਹਦੇ ਵਾਸਤੇ? ਜਿਹੜੇ ਮਿੱਟੀ ਰੇਤਾ ਆਤਾ ਹੈ
ਮਤਲਬ ਸ਼ੈੱਡ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਇਥੋਂ ਸ਼ਿਫਟ ਕੀਤਾ ਸੀਗਾ ਜੀ ਇਹਨਾਂ ਨੂੰ ਅੱਗੇ ਵਾਸਤੇ ਕਿਹਾ ਸੀਗਾ ਇਹਨਾਂ ਨੇ ਡਿਪਾਰਟਮੈਂਟ ਨੇ ਵੀ ਕਾਫੀ ਵਾਰ ਕਿਹਾ ਕਿ ਵੀ ਜੇ ਇਹ ਰੈਕ ਅੱਗੇ ਲੱਗ ਜਾ ਕਰਨ ਤਾਂ ਇੱਥੇ ਘੱਟੋ ਘੱਟ ਜਿਹੜੇ ਨੇ ਇਹ ਜਗ੍ਹਾ ਜਿਹੜੀ ਆ ਬਚ ਜਾਏਗੀ ਤੁਸੀਂ ਖੁਦ ਆਏ ਹੋ ਜੀ ਮੈਂ ਰਾਊਂਡ ਲਗਾਉਣੀ ਆ ਨਹੀਂ ਨਹੀਂ ਮੈਂ ਰਾਊਂਡ ਲਗਾਉਣੀ ਆ ਐਕਚੁਅਲੀ ਤੁਹਾਡੀ ਗੱਲ ਠੀਕ ਹੈ ਕਿ ਇੱਥੇ ਜਿਹੜੀ ਰੋਡ ਹੈ ਜਿਸ ਰੋਡ ਥਾਣੇ ਮੈਂ ਇੱਥੇ ਆਈ ਹੋਈ ਹਾਂ ਉਹ ਵੀ ਬਹੁਤ ਹੀ ਮਾੜੀ ਹਾਲਤ 'ਚ ਹੈ ਪੂਰਾ ਮਿੱਟੀ ਕੱਟਾ ਬਹੁਤ ਹੀ ਜ਼ਿਆਦਾ ਉੜਦਾ ਹੈ ਇੱਕ ਪੱਕੀ ਰੋਡ ਤਾਂ ਹੋਣੀ ਚਾਹੀਦੀ ਹੈ ਥਾਣੇ ਦਾ ਅਤੇ ਮੈਂ ਇਹਦੇ ਬਾਰੇ ਜਿਹੜੇ ਰੇਲਵੇ ਦੇ ਅਫਸਰ ਹੈ ਜਿਨ੍ਹਾਂ ਨੂੰ ਮਤਲਬ ਬਿਲਡਿੰਗ ਵਗੈਰਾ ਦਾ ਦੇਖ ਰੇਖ ਕਰਨਾ ਹੁੰਦਾ ਹੈ ਜੇਕਰ ਇਹ ਰੋਡ ਵੀ ਰੇਲਵੇ ਦੇ ਅੰਡਰ ਆਉਂਦੀ ਹੈ ਤਾਂ ਇਹ ਵੀ ਉਹਨਾਂ ਨੂੰ ਹੀ ਬਣਾਉਣਾ ਪੈਣਾ ਤਾਂ ਮੈਂ ਉਹਨਾਂ ਨਾਲ ਗੱਲ ਕਰਾਂਗੀ ਕਿ ਘੱਟ ਤੋਂ ਘੱਟ ਰੋਡ ਤੋਂ ਪੱਕਾ ਕਰਾਓ ਥਾਣੇ ਆਉਣ ਦਾ ਰਸਤਾ ਬਹੁਤ ਹੀ ਖਰਾਬ ਹੈ ਲੱਗਦਾ ਨਹੀਂ ਕਿਤੇ ਨਾ ਕਿਤੇ ਮੁਲਾਜ਼ਮਾਂ ਦੀ ਬਹੁਤ ਵੱਡੀ ਘਾਟ ਹੈਗੀ ਜੇਕਰ ਗੱਲ ਕੀਤੀ ਜਾਵੇ ਤਾਂ ਸਟੇਸ਼ਨ ਉੱਪਰ ਸੀਸੀਟੀਵੀ ਕੈਮਰੇ ਲੱਗੇ ਪਰ ਉਹਨਾਂ ਦਾ ਕੋਈ ਬੈਕਅਪ ਤੱਕ ਨਹੀਂ ਹੈਗਾ ਨਹੀਂ ਨਹੀਂ ਸੀਸੀਟੀਵੀ ਕੈਮਰਾ ਜਿਹੜੇ ਕੱਟ ਨੇ ਉਹ ਅਸੀਂ ਖਰੀਦ ਰਹੇ ਹਾਂ ਕਾਫੀ ਮਾਤਰਾ ਵਿੱਚ ਅਸੀਂ ਸੀਸੀਟੀਵੀ ਕੈਮਰਾ ਖਰੀਦ ਰਹੇ ਹਾਂ ਔਰ ਇਸ ਸਾਲ ਦੇ ਅੰਤ ਤੱਕ ਲੱਗ ਜਾਣਗੇ ਮੈਡਮ ਰਾਤ ਦੇ ਸਮੇਂ ਇੱਥੇ ਜੀਆਰਪੀ ਥਾਣੇ ਦੇ ਅੰਦਰ ਜਿਹੜਾ ਵੀ ਏਰੀਆ ਆਉਂਦਾ ਹੈ ਕਾਫੀ ਵਾਰਦਾਤਾਂ ਹੁੰਦੀਆਂ ਇਸ ਤਰ੍ਹਾਂ ਦੀ ਜਿਹੜੀ ਵੀ ਲੁੱਟ ਖੋਹ ਹੁੰਦੀ ਹੈ ਉਹਦੇ ਬਾਰੇ ਤੋਂ ਜੇਕਰ ਇਨਫੋਰਮੇਸ਼ਨ ਪੁਲਿਸ ਨੂੰ ਮਿਲੇਗਾ ਪੁਲਿਸ ਮਤਲਬ ਜੀ ਆਰ ਪੀ ਨੂੰ ਮਿਲੇਗਾ ਤਾਂ ਪਰਚਾ ਵੀ ਦਰਜ ਕਰੇਗੀ ਉਹਦੀ ਇਨਕੁਆਇਰੀ ਇਨਵੈਸਟੀਗੇਸ਼ਨ ਵੀ ਕਰੇਗੀ ਅਤੇ ਹੁਣ ਤੱਕ ਜੋ ਮੈਨੇ ਗੱਲ ਕੀਤਾ ਹੈ ਸੱਚੋ ਸਾਹਿਬ ਨਾਲ ਜਾਂ ਡਿਪਟੀ ਸਾਹਿਬ ਨਾਲ ਜਿੰਨੇ ਵੀ ਕੇਸ ਹਾਲੇ ਅੱਜ ਤੱਕ ਦਰਜ ਹੈ ਉਹ ਬਹੁਤ ਜ਼ਿਆਦਾ ਨੰਬਰ ਦੇ ਵਿੱਚ ਨਹੀਂ ਹੈ ਇਸ ਕਰਕੇ ਮੈਂ ਇਹ ਨਹੀਂ ਕਹਿ ਸਕਦੀ ਹਾਂ ਕਿ ਬਹੁਤ ਜ਼ਿਆਦਾ ਲੁੱਟ ਖੋਹ ਹੁੰਦੀ ਹੈ ਜੇਕਰ ਹੁੰਦੀ ਹੈ ਤਾਂ ਉਹ ਰਿਪੋਰਟਡ ਨਹੀਂ ਹੈ ਹੁਣ ਸਾਲ ਖਤਮ ਹੋ ਗਿਆ ਕਿ ਲੱਗਦਾ ਕੀ ਕੁਛ ਪ੍ਰਾਪਤੀ ਕੀਤੀ ਜੀ ਆਰ ਪੀ ਵੱਲੋਂ ਹੁਣ ਤੱਕ ਦੀ ਅਜਿਹੇ ਆਂਕੜੇ ਕੋਈ ਨਸ਼ੇ ਨੂੰ ਲੈ ਕੇ ਜਾਂ ਕੋਈ ਗਰੋਹ ਨੂੰ ਲੈ ਕੇ ਇੱਥੇ ਜਿਹੜੀ ਮੈਨੇ ਹੁਣ ਗੱਲ ਕੀਤੀ ਹੈ ਇੱਥੇ ਜ਼ਿਆਦਾਤਰ ਚੂਰਾ ਪੋਸਟ ਦੀ ਰਿਕਵਰੀ ਹੁੰਦੀ ਹੈ ਇੱਥੇ ਹੀਰੋਇਨ ਸਮੈਕ ਦੂਜੇ ਜਿਹੜੇ ਮਤਲਬ ਡਰੱਗਸ ਹੈ ਉਹਨਾਂ ਦੀ ਰਿਕਵਰੀ ਨਹੀਂ ਹੁੰਦੀ ਹੈ ਇੱਥੋਂ ਸ਼ਾਇਦ ਜ਼ਿਆਦਾ ਆਉਂਦਾ ਜਾਂਦਾ ਨਹੀਂ ਹੋਏਗਾ ਅਤੇ ਚੂਰਾ ਪੋਸਟ ਦੀ ਰਿਕਵਰੀ ਹੋਈ ਹੈ ਮੋਬਾਈਲ ਫੋਨਸ ਦੀ ਬਹੁਤ ਜ਼ਿਆਦਾ ਰਿਕਵਰੀ ਹੋਈ ਹੈ ਕਿਉਂਕਿ ਮੋਬਾਈਲ ਫੋਨ ਕਾਫੀ ਚੋਰੀਆਂ ਹੁੰਦੀਆਂ ਨੇ ਅਤੇ ਉਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਠੀਕ ਠਾਕ ਰਿਕਵਰੀ ਹੈ ਇੱਕ ਨਾ ਮੈਮ ਜਿਹੜੀਆਂ